ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸੰਗਰਾਂਦ ਹੈ ਜੀ, ਕੱਤਕ ਮਹੀਨੇ ਦੀ ਸੰਗਰਾਂਦ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਸੰਗਰਾਂਦ ਵਾਲੇ ਦਿਨ ਹਰੇਕ ਘਰ 'ਚ ਕੁਛ ਨਾ ਕੁਛ ਮਿੱਠਾ ਬਣਦਾ, ਅਤੇ ਅਸੀਂ ਵੀ ਬਣਾਉਣ ਲੱਗੇ ਹਾਂ ਪ੍ਰਸ਼ਾਦ। ਅਤੇ ਚਲੋ ਪਹਿਲਾਂ ਪ੍ਰਸ਼ਾਦ ਬਣਾਉਂਦੇ ਹਾਂ, ਫਿਰ ਫੁਲਕਾ ਰੈਡੀ ਕਰਦੇ ਹਾਂ। ਪ੍ਰਸ਼ਾਦ ਆਪਣਾ ਰੈਡੀ ਹੋ ਚੁੱਕਾ ਹੈ ਜੀ। ਹੁਣ ਆਪਾਂ ਇਸ ਨੂੰ ਅੱਡ ਇੱਕ ਬਾਊਲ ਵਿੱਚ ਕੱਢ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਨੈਕਸਟ ਤਿਆਰੀ ਕਰਦੇ ਹਾਂ। ਪਹਿਲਾਂ ਮੈਂ ਭਿੰਡੀ ਦੀ ਸਬਜ਼ੀ ਕੱਟ ਲੈਂਦੀ ਹਾਂ, ਆਪਾਂ ਫਰਾਈ ਕਰਾਂਗੇ। ਕੱਟ ਲਈਆਂ ਨੇ ਅਤੇ ਇਹਨੂੰ ਆਪਾਂ ਫਰਾਈ ਕਰਦੇ ਹਾਂ। ਜਿੱਦਾਂ ਚਰਚੇ ਫਰਾਈ ਹੁੰਦੀਆਂ, ਤਾਂ ਨਾਲ ਦੀ ਨਾਲ ਆਪਾਂ ਪਿਆਜ਼ ਅਤੇ ਟਮਾਟਰ ਵੀ ਕੱਟ ਲੈਂਦੇ ਹਾਂ।
ਦੀ ਆਪਾਂ ਨਾਲ ਦੀ ਨਾਲ ਆਟਾ ਗੁੰਨ ਕੇ ਵੀ ਰੈਡੀ ਕਰ ਲੈਂਦੇ ਹਾਂ ਅਤੇ ਜਦੋਂ ਤੱਕ ਸਬਜ਼ੀ ਬਣ ਜਾਂਦੀ ਆ ਫਿਰ ਆਪਾਂ ਫੁਲਕੇ ਬਣਾਉਂਦੇ ਹਾਂ। ਆਪਣੀ ਫਰਾਈ ਹੋ ਚੁੱਕੀ ਹੈ ਜੀ ਅਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਅਤੇ ਟਮਾਟਰ ਐਡ ਕਰ ਦਿੰਦੇ ਹਾਂ ਅਤੇ ਚੰਗੀ ਤਰ੍ਹਾਂ ਚਿਕਨ ਮਿਕਸ ਵਨ ਮਿਕਸ ਦੇ ਦਿੰਦੇ ਹਾਂ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣੇ ਟੇਸਟ ਅਕੋਰਡਿੰਗ ਲੂਣ ਮਿਰਚ ਅਤੇ ਹਲਦੀ ਐਡ ਕਰਾਂਗੇ।
ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਪਲੀਜ਼ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਹਾਨੂੰ ਥੋੜ੍ਹਾ ਜਿਹਾ ਵੀ ਪਸੰਦ ਲੱਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਕੱਲ੍ਹ ਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਥੈਂਕ ਯੂ ਸੋ ਮੱਚ